ਭਾਗਾਂ ਵਾਲਾ ਦਿਨ ਹੈ ਕਿ ਅੱਜ ਅਸੀਂ ਆਪਣੇ ਗੁਰੂ ਦੇ 71 ਸਾਲ ਤੋਂ ਬਾਅਦ, ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੇ ਦੋ ਦੇਸ਼ ਬਣੇ, ਉਸ ਤੋਂ ਲੈ ਕੇ ਅੱਜ ਤੱਕ ਸੰਗਤ ਨੂੰ ਇੰਤਜ਼ਾਰ ਸੀ ਕਿ ਇਹ ਕੈਰੀਡੋਰ ਵੀ ਖੁੱਲ੍ਹੇ, ਅਤੇ ਅਰਦਾਸ ਕਰਦਾ ਰਿਹਾ ਹਰ ਸਿੱਖ ਕਿ ਜਿਨ੍ਹਾਂ ਅਸਥਾਨਾਂ 'ਤੇ ਸਾਨੂੰ ਨਹੀਂ ਦਰਸ਼ਨ ਹੋ ਰਹੇ ਉਹਨਾਂ ਦੇ ਦਰਸ਼ਨ ਸਾਨੂੰ ਦਿੱਤੇ ਜਾਣ। ਇਹ ਅਜਾ ਅਰਦਾਸਾਂ ਦੇ ਸਦਕੇ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਅਸੀਂ ਸਮਝਦੇ ਹਾਂ ਕਿ ਜਿਹੜਾ ਨਗਰ ਕੀਰਤਨ ਹੈ, ਇਹ ਬਾਬਾ ਨਾਨਕ ਆਪ ਇਸ ਨਗਰ ਕੀਰਤਨ ਵਿੱਚ ਚੱਲ ਕੇ ਇਹ ਸੰਦੇਸ਼ ਦੇਣ ਵਾਸਤੇ ਆ ਰਹੇ ਨੇ ਕਿ ਜੋ ਅੱਜ ਤੋਂ 550 ਸਾਲਾਂ ਪਹਿਲਾਂ ਉਹਨਾਂ ਸੰਦੇਸ਼ ਦਿੱਤਾ ਹੈ ਸਾਂਝੀਵਾਲਤਾ ਦਾ, ਏਕਤਾ ਇਤਫਾਕ ਦਾ, ਪੀਸ ਦਾ, ਬ੍ਰਦਰਹੁੱਡ ਦਾ, ਔਰ ਊਚ ਨੀਚ ਖਤਮ ਕਰਨ ਵਾਲੇ ਉਸ ਬਾਬਾ ਨਾਨਕ ਦਾ,